ਹਾਂਜੀ, ਕੀ ਨਾਮ ਆ ਤੁਹਾਡਾ, ਕਿਹੜਾ ਪਿੰਡ? ਨਾਮ ਸੁਖਦੇਵ ਸਿੰਘ ਜੀ, ਪਿੰਡ ਚੈਲਾ। ਤੇ ਜਿਹੜੀ ਨਾਲ ਅੱਗ ਲੱਗੀ ਹੈ ਤੁਹਾਡੇ ਖੇਤਰ ਲੱਗੀ? ਹਾਂਜੀ ਹਾਂਜੀ, ਸਾਡੇ ਖੇਤਰ ਲੱਗੀ ਹੈ ਜੀ, ਆਪਣੇ ਉਹ ਫੈਕਟਰੀ ਦੇ ਕੋਲੋਂ ਲੱਗੀ ਹੈ ਜੀ, ਫੈਕਟਰੀ ਦੇ ਮੁੱਢੋਂ। ਉਹਨਾਂ ਦੇ ਵਰਕਰ ਸਾਰੇ ਬਜਾ ਰਹੇ ਸੀਗੇ ਜੀ, ਉੱਥੇ ਕੋਈ ਬਈਏ ਨੇ ਅੱਗ ਲਾਈ ਹੈ ਜੀ ਇਹਨਾਂ ਦੇ ਖੂਜੀ। ਫੈਕਟਰੀ ਵਾਲਾ ਦੋਸ਼ ਹੈ? ਕਾਹਦੀ ਫੈਕਟਰੀ ਹੈ ਜੀ ਉਹ? ਇਹ ਧਾਗੇ ਦੀ ਫੈਕਟਰੀ ਹੈ ਜੀ। ਤੇ ਇਹ ਕਿੰਨੇ ਕਿੱਲੇ ਨੇ ਜੀ? ਇਹ ਘੱਟੋ ਘੱਟ ਜੀ 2-2.5 ਕਿੱਲੇ ਤਾਂ ਕਣਕ ਦੇ ਮੱਚ ਗਏ ਜੀ, 8-9 ਕਿੱਲੇ ਜੀ ਨਾੜ ਦੇ ਮੱਚ ਗਏ। 8-9 ਕਿੱਲੇ ਨਾੜ? ਹਾਂਜੀ ਹਾਂ। ਇਹ ਤਾਂ ਜੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ, ਵਿਚਾਰੇ ਜਿਹਦੀ ਕਣਕ ਤੇ ਜਮੀ ਚੱਲ ਗਈ ਜੀ, ਉਹਨਾਂ ਨੂੰ ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ। ਤੇ ਤੁਸੀਂ ਇਹਦੀ ਸਲਾਹ ਦਿੱਤੀ ਉੱਪਰ ਮਹਿਕਮੇ ਨੂੰ? ਹਾਂਜੀ ਹੁਣ ਦਿੰਦੇ ਹਾਂ ਜੀ, ਦੇਵਾਂਗੇ ਤਲਾ, ਹੁਣ ਤਾਂ ਅੱਗ ਬੁਝਾ ਕੇ ਹਟਿਆ ਜੀ, ਅਜੇ ਆਹ ਹੁਣ ਦਿੰਦੇ ਹਾਂ ਜੀ ਤਲਾ। ਠੀਕ ਹੈ ਹਾਂਜੀ ਹਾਂ। ਹਾਂਜੀ, ਕੀ ਨਾਮ ਆ ਤੁਹਾਡਾ, ਕੀ ਹੋਊਗਾ? ਮੈਂ ਡੀ ਰਵਿੰਦਰ ਕੁਮਾਰੀ, ਸ਼ਹਿਰ ਗੇਟ ਸਮਰਾਲਾ ਤੋਂ ਜੀ। ਤੇ ਜਿਹੜੀ ਅੱਗ ਲੱਗੀ ਆ ਕਿੱਥੇ ਲੱਗੀ ਆ ਤੇ ਕਿੰਨੇ ਹੈ, ਕਿੰਨਾ ਨੁਕਸਾਨ ਹੋਇਆ? ਇਹ ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਨਾੜ ਦੇ ਕਹਿੰਦੇ ਆ ਜੀ, ਤੇ 3 ਕਿੱਲੇ ਕਣਕ ਦੇ ਕਹਿ ਰਹੇ ਨੇ। ਇਹ ਆਪਣੇ ਸਕੂਲ ਆ, ਸਕੂਲ ਦੇ ਨਾਲ ਹੀ ਹੈ, ਸੈਂਟੀਨਲ ਸਕੂਲ ਦੇ ਕੋਲ। ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੁੱਟੀਆਂ ਲੱਗ ਗਈਆਂ ਹੁਣ ਤੱਕ? ਆਪਣੀ ਫਾਇਰ ਬ੍ਰਿਗੇਡ 3 ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਜੀ। ਅੱਗ ਕਿੰਨੀ ਜ਼ਿਆਦਾ? ਅੱਗ ਕਾਫੀ ਸੀਗੀ, ਇਹਨੂੰ ਕੰਟਰੋਲ ਕਰ ਲਿਆ ਹੁਣ, ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ। ਨਾਲ ਕਿੰਨੇ ਕਿੱਲੇ ਕਣਕ ਖੜੀ ਜੀ? ਨਾਲ ਕਾਫੀ ਹੈ ਜੀ, ਤੁਸੀਂ ਦੇਖਿਆ ਉਹਦਾ 100 ਕਿੱਲਾ 1 ਏਕੜ ਦੇ ਉੱਪਰ ਪਈ ਖੜੀ, ਗਾਹਾਂ ਤੋਂ ਗਾਹਾਂ ਕਣਕ ਆ ਜੀ, ਉਹਨੂੰ ਬਚਾ ਲਿਆ ਜੀ। ਹਾਂਜੀ, ਕੀ ਨਾਮ ਆ ਤੁਹਾਡਾ, ਕਿਹੜਾ ਪਿੰਡ? ਮੇਰਾ ਜਗਜੀਤ ਸਿੰਘ ਭਰਸਲਾ ਜੀ। ਤੇ ਅੱਗ ਲੱਗੀ ਹੈ ਜੀ ਅੱਜ, ਕੀ ਹੋਇਆ? ਇਹ ਅੱਗ ਜੀ ਫੈਕਟਰੀ ਦੇ ਵਿੱਚੋਂ ਆਈ ਆ, ਤਾਂ ਹੀ ਫੈਕਟਰੀ ਵਾਲਾ ਸਭ ਤੋਂ ਪਹਿਲਾਂ ਫੈਕਟਰੀ ਵਾਲਾ ਆਇਆ, ਉਦੋਂ ਉਹਨਾਂ ਨੇ ਸਾਰੇ ਫੋਨ ਕੀਤਾ ਆਪਦੇ ਲੋਕਾਂ ਨੂੰ ਵੀ ਤੁਸੀਂ ਆ ਜਾਓ ਫਟਾਫਟ, ਅੱਗ ਦੱਬ ਜਾਓ। ਉਹ ਆਟੋ ਮੂਹਰੇ ਪਜਾਉਂਦੇ ਰਹੇ ਨੇ, ਬਾਅਦ 'ਚ ਅਸੀਂ ਫਿਰ, ਤਾਂ ਅਸੀਂ ਬਹੁਤ ਜਿਹੜੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੋਂ ਸਪਾਰਕ ਹੋਏ, ਨਹੀਂ ਤਾਂ ਬਾਕੀ ਲਾਈਟ ਹੈ ਹੀ ਨਹੀਂ ਕੋਈ, 24 ਘੰਟੇ ਲਾਈਟ ਬੰਦ ਆ, ਦੂਜੀ ਨਾ ਕੋਈ ਲਾਈਟ, ਨਾ ਕੋਈ ਹੋਰ ਕੋਈ ਲਾਈਟ ਆਪਰੇਸ਼ਨ ਚੱਲਦੀ ਹੈ। ਇਹ ਮੇਨ ਕੈਮ ਫੈਕਟਰੀ ਦਾ, ਫੈਕਟਰੀ 'ਚ ਸਪਾਰਕ ਹੋ ਗਿਆ ਕੋਈ ਨਾ ਕੋਈ। ਕਿੰਨੇ ਕਿੱਲੇ ਨੁਕਸਾਨੇ ਗਏ ਨੇ ਇੱਥੇ? ਇੱਥੇ 2 ਕਿੱਲੇ ਕਣਕ ਦੀ, ਬਾਕੀ 17-18 ਕਿੱਲੇ ਲਾਣ ਚੱਲ ਗਿਆ। ਅੱਛਾ, ਹਾਂਜੀ। ਉਹ ਮੰਗ ਕੀ ਕਰਦੇ ਹੋ? ਮੰਗੇ ਵੀ ਉਹਦਾ ਜਿਹਦੀ ਕਣਕ ਲਈ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ, ਜਿਹਦੀ ਵਿਚਾਰੀ ਆ ਲਾਣ ਚੱਲ ਗਿਆ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ, ਫੈਕਟਰੀ ਦੇ ਨਾਲ ਮੁਆਵਜ਼ਾ। ਇਹ ਫੈਕਟਰੀ ਧਾਗਾ ਫੈਕਟਰੀ ਹੈ ਜੀ। ਹਾਂਜੀ ਹਾਂਜੀ।